ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਇਹਨਾਂ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਉਹਨੇ 28 ਫਰਵਰੀ ਤੱਕ ਕੱਟ ਸਕੂਗੀ ਆਹ ਕੰਮ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਉਹ ਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਜਿੰਨਾ ਟੈਕਸ ਪੇਅਰਸ ਨੇ ਮੁਲਾਂਕਣ ਸਾਲ 2020 ਕੀ ਆਪਣੀ ਆਮਦਨ ਕਰ ਰਿਟਰਨ ਦੀ ਹਾਲੇ ਤੱਕ ਈ-ਵੇਰੀਫਿਕੇਸ਼ਨ ਨਹੀਂ ਕੀਤੀ ਉਹ ਵੈਰੀਫਿਕੇਸ਼ਨ ਪ੍ਰਕਿਰਿਆ 28 ਫਰਵਰੀ 2022 ਤੱਕ ਪੂਰਾ ਕਰ ਸਕਦੇ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ ਕਰਦਾਤਾ ਨੂੰ ਰਾਹਤ ਦਿੰਦੇ ਹੋਏ ਵੈਰੀਫਿਕੇਸ਼ਨ ਦੀ ਮਿਆਦ ਅੱਗੇ ਵਧਾ ਦਿੱਤੀ ਹੈ ਜਾਨਣੂ ਕੀ ਹੈ ਈ-ਵੇਰੀਫਿਕੇਸ਼ਨ ਕਾਨੂੰਨ ਮੁਤਾਬਕ ਡਿਜੀਟਲ ਦਸਤਕਤ ਦੇ ਬਿਨਾਂ ਇਲੈਕਟ੍ਰੋਨਿਕ ਰੂਪ ਚ ਆਮਦਨਕਾਰੀ ਟਰਨ ਦਾਖਲ ਕਰਨ ਤੇ ਉਸ ਦਾ ਆਧਾਰ OTP Net Banking Demat ਖਾਤੇ ذریعے ਭੇਜੇਗੇ ਕੋਡ ਪਹਿਲਾਂ ਤੋਂ ਵੈਲਿਡ ਬੈਂਕ ਖਾਤੇ ਦਾ ATM ਤੋਂ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਇਹ ਵੈਰੀਫਿਕੇਸ਼ਨ ਆਮਦਨ ਘਾਟਾ ਰਿਟਰਨ ਦਾਖਲ ਕਰਨ ਦੇ 120 ਦਿਨਾਂ ਦੇ ਅੰਦਰ ਕਰਨੀ ਜ਼ਰੂਰੀ ਹੈ ਰਿਟਰਨ ਦਾਖਲ ਕਰਨ ਦੀ ਪ੍ਰਕਿਰਿਆ ਪੂਰੀ ਜ਼ਰੂਰੀ ਹੈ ਇਹ ਵੈਰੀਫਿਕੇਸ਼ਨ ਇਸ ਤੋਂ ਇਲਾਵਾ ਟੈਕਸ ਪੇਅਰਸ ਬੰਗਲੌਰ ਚ ਸਥਿਤ ਯੂਨਿਟ ਚ ID@the ਫਿਲੀਕਲ ਕਾਪੀ ਪੀਐਸ ਕੇ ਵੈਰੀਫਿਕੇਸ਼ਨ ਕਰ ਸਕਦੇ ਜੇਕਰ ਵੈਰੀਫਿਕੇਸ਼ਨ ਦਾ ਪ੍ਰੋਸੈਸ ਪੂਰਾ ਨਹੀਂ ਹੁੰਦਾ ਮੰਨਿਆ ਜਾਂਦਾ ਤਾਂ ਰਿਟਰਨ ਦਾਖਲ ਨਹੀਂ ਕੀਤੀ ਜਾਏਗੀ ਤੇ ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ